ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸਾਗ ਵਾਲੀ ਮਸ਼ੀਨ ਤੇ ਮੋਟਰ ਲਾਉਣੀ। ਇਹਦੇ ਲਈ ਆਪਾਂ ਨੂੰ ਜਿਹੜਾ ਵੀ ਨਾ ਤਾਂ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਨਾ ਹੀ ਜ਼ਿਆਦਾ ਕੋਈ ਸਮਾਨ ਲੈਣਾ। ਇੱਕ ਤਾਂ ਵਾਸ਼ਿੰਗ ਮਸ਼ੀਨ ਵਾਲੀ ਜਿਹੜੀ ਆਪਾਂ ਬੈਲਟ ਵਾਲੀ ਪੁਲੀ ਹੁੰਦੀ ਆ ਉਹ ਲੈਣੀ ਆ। ਫੇ ਇੱਕ ਜਿਹੜੀ ਆਰਓ ਦੀ ਮੋਟਰ ਹੁੰਦੀ ਆ ਆਰਓ ਮਤਲਬ ਫਿਲਟਰ ਦੀ ਆਪਣੇ ਘਰਾਂ ਦੇ ਵਿੱਚ ਫਿਲਟਰ ਲੱਗੇ ਹੁੰਦੇ ਆ ਤੇ ਉਹਦੀ ਜਿਹੜੀ ਮੋਟਰ ਆ ਉਹ ਖਰਾਬ ਹੋ ਜਾਂਦੀ ਆ ਉਹ ਮੋਟਰ ਆ ਜਿਹੜੀ ਸਿਰਫ ਇੱਕ ਛੋਟਾ ਜਿਹਾ ਪੁਰਜਾ ਹੀ ਆ ਜਿਹੜਾ ਵਿੱਚ ਖਰਾਬ ਹੋ ਜਾਂਦਾ ਜਦੋਂ ਉਹ ਆਪਣੇ ਫਿਲਟਰ ਚੱਲਦਾ ਨਹੀਂਗਾ ਤੇ ਉਹ ਸੜਦਾ ਨਹੀਂ ਹੁੰਦਾਗਾ ਉਹ ਮੋਟਰ ਆ ਜਿਹੜੀ ਸੜਦੀ ਨਹੀਂ ਹੁੰਦੀਗੀ ਸਿਰਫ ਇੱਕ ਛੋਟਾ ਜਿਹਾ ਜਿਹੜਾ ਉਹਦੇ ਵਿੱਚ ਪੁਰਜਾ ਹੁੰਦਾ ਜਿਹੜਾ ਖਰਾਬ ਹੋ ਜਾਂਦਾ ਬਾਅਦ ਵਿੱਚ ਜਿਹੜਾ ਉਹ ਫਿਲਟਰ ਤੇ ਨਹੀਂ ਚੱਲਦਾਗਾ ਇਹ ਕਈ ਵਾਰੀ ਉਹ ਬੇਕਾਰ ਕਰਕੇ ਆਪਣੇ ਘਰਾਂ ਦੇ ਵਿੱਚ ਆਮ ਹੀ ਸਿੱਟੀਆਂ ਹੁੰਦੀਆਂ ਤੇ ਇੱਕ ਇਹਦੇ ਲਈ ਆਪਾਂ ਨੂੰ ਸਮਾਨ ਚਾਹੀਦਾ ਜਿਹੜੀ ਕੱਪੜਿਆਂ ਵਾਲੀ ਸਲਾਈ ਵਾਲੀ ਮਸ਼ੀਨ ਹੁੰਦੀ ਹੈ ਤੇ ਉਹਦੀ ਛੋਟੀ ਜਿਹੀ ਇੱਕ ਪੁਲੀ ਜੀ ਹੁੰਦੀ ਆ ਇੱਕ ਉਹ ਚਾਹੀਦੀ ਤੇ ਇੱਕ ਬੈਲਟ ਚਾਹੀਦੀ ਆ ਤਿੰਨ ਚੀਜ਼ਾਂ ਦੇ ਨਾਲ ਹੀ ਆ ਜਿਹੜਾ ਕਿ ਆਪਾਂ ਇਹਦੇ ਤੇ ਮਸ਼ੀਨ ਤੇ ਮੋਟਰ ਲਾ ਸਕਦੇ ਆ ਤੇ ਇਹਦੇ ਨਾਲ ਸਾਗ ਜਦੋਂ ਆਪਾਂ ਮੋਟਰ ਲਾਉਣੇ ਆ ਤੇ ਇਹਦੀ ਬਹੁਤ ਹੀ ਸਪੀਡ ਨਹੀਂ ਹੁੰਦੀ ਬਹੁਤ ਸਲੋ ਸਪੀਡ ਹੁੰਦੀ ਆ ਤੇ 5 ਮਿੰਟ ਵਿੱਚ ਜਿਹੜਾ ਆਪਾਂ ਸਾਗ ਕੱਟ ਲੈਨੇ ਆ ਵੈਸੇ ਤਾਂ ਤੁਸੀਂ ਕਹੋਗੇ ਵੈਸੇ ਤਾਂ ਮੈਂ ਦਾਤ ਨਾਲ ਵੀ ਮੈਂ ਵੀ ਹੱਥੀਂ ਤਾਂ ਸਾਗ ਕੱਟ ਲੈਨੀ ਆ ਪਰ ਜਿਹੜਾ ਵੀ ਸਰਦਾਰ ਜੀ ਨੂੰ ਕਾਫੀ ਸਾਰਾ ਕਮੈਂਟ ਆਉਂਦੇ ਹੁੰਦੇ ਸੀ ਪਹਿਲਾਂ ਵੀ ਤੁਸੀਂ ਸਾਗ ਵਾਲੀ ਮਸ਼ੀਨ ਤੇ ਮੋਟਰ ਲਾ ਕੇ ਦਿਖਾਓ ਸਾਨੂੰ ਤੇ ਇਹਨਾਂ ਨੇ ਸਾਗ ਵਾਲੀ ਮਸ਼ੀਨ ਤੇ ਜਿਹੜੀ ਮੋਟਰ ਲਾ ਕੇ ਦਿਖਾਈ ਆ ਇਹ ਥੋੜਾ ਜਿਹਾ ਕੰਮ ਜਿਹੜਾ ਖਰਾਤ ਤੇ ਕਰਨਾ ਸੀਗਾ ਉਹਨਾਂ ਨੇ ਕੀਤਾ ਆ ਦੇਖੋ ਇਹ ਵਾਲੀ ਵਾਸ਼ਿੰਗ ਮਸ਼ੀਨ ਦੀ ਆ ਇਹ ਜਿਹੜੀ ਵਾਇਰ ਚਿੱਟੀ ਪੁਲੀ ਆ ਬੈਲਟ ਇਹਦੇ ਤੇ ਪਾਈ ਜਾਂਦੀ ਆ ਤੇ ਜੇ ਤੁਸੀਂ ਇਸ ਦੀ ਪੂਰੀ ਵੀਡੀਓ ਵੇਖਣੀ ਆ ਪੂਰੀ ਤਰ੍ਹਾਂ ਜਾਣਕਾਰੀ ਲੈਣੀ ਆ ਤੁਸੀਂ ਆਪ ਮੋਟਰ ਲਗਾਉਣਾ ਚਾਹੁੰਦੇ ਆ ਸਾਗ ਵਾਲੀ ਮਸ਼ੀਨ ਤੇ ਤਾਂ ਫਿਰ ਸਰਦਾਰ ਜੀ ਦੇ ਚੈਨਲ ਦਾ ਜਿਹੜਾ ਲਿੰਕ ਤੁਹਾਨੂੰ ਦਿੱਤਾ ਜਾਊਗਾ ਵੀਡੀਓ ਦਾ ਲਿੰਕ ਦਿੱਤਾ ਜਾਊਗਾ ਉੱਥੇ ਤੁਸੀਂ ਪੂਰੀ ਤਰ੍ਹਾਂ ਜਿਹੜੀ ਵੀਡੀਓ ਦੇਖ ਸਕਦੇ ਆ ਵੀ ਇਹ ਇਹਨਾਂ ਨੇ ਕਿਵੇਂ ਮੋਟਰ ਲਾਈ ਆ ਤੇ ਕੀ ਕੀ ਜਿਹੜਾ ਸਮਾਨ ਲਿਆ ਏ ਤੇ ਬਹੁਤ ਹੀ ਵਧੀਆ ਜਿਹੜਾ ਇਹ ਆਪਾਂ ਘਰੇ ਹੀ ਜੁਗਾੜ ਆ ਬਣਾ ਕੇ ਤਿਆਰ ਕੀਤਾ ਤੇ ਜਦੋਂ ਇਹਨਾਂ ਨੇ ਵੀਡੀਓ ਆਪਣੇ ਪੇਜ ਤੇ ਪਾਈ ਆਪਣੇ ਚੈਨਲ ਤੇ ਪਾਈ ਤੇ ਆ ਕਾਫੀ ਵੀਰਾਂ ਦੇ ਜਿਹੜੇ ਕਮੈਂਟ ਆਏ ਸੀ ਕਿ ਉਹ ਅਖੇ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਕਿਉਂ ਮੋਟਰ ਲਾਈ ਆ ਸਾਗ ਵਾਲੀ ਮਸ਼ੀਨ ਤੇ ਕਿਉਂਕਿ ਵੀਰਾਂ ਨੇ ਕਾਫੀ ਜਿਹੜਾ ਤਰਾਇ ਕੀਤਾ ਵੀ ਸਾਗ ਵਾਲੀ ਮਸ਼ੀਨ ਤੇ ਮੋਟਰ ਕਿਉਂ ਲਾਈ ਆ ਵੀ ਬੁੜੀਆਂ ਥੋੜਾ ਬਹੁਤਾ ਤਾਂ ਕੋਈ ਹੱਥੀ ਕੰਮ ਕਰ ਲਿਆ ਜਾਣ ਕੇ ਉਹਨਾਂ ਨੂੰ ਵਧੀਆ ਨਹੀਂ ਲੱਗਿਆਗਾ ਤੇ ਪਰ ਇਹ ਜਿਹੜੇ ਕਾਫੀ ਪਿਛਲੇ ਸਾਲ ਕਮੈਂਟ ਆ ਇਹਨਾਂ ਨੂੰ ਕਿਹਾ ਗਿਆ ਸੀਗਾ ਵੀ ਸਾਨੂੰ ਸਾਗ ਵਾਲੀ ਮਸ਼ੀਨ ਤੇ ਮੋਟਰ ਲਾ ਕੇ ਦਿਖਾਓ ਕਿਉਂਕਿ ਇਹਨਾਂ ਨੇ ਇੱਕ ਜਿਹੜੀ ਆਪਣੇ ਘਰੇ ਕੱਪੜੇ ਸਿਉਣ ਵਾਲੀ ਮਸ਼ੀਨ ਉਹਦੇ ਤੇ ਮੋਟਰ ਲਾਈ ਸੀ ਬਹੁਤ ਹੀ ਛੋਟੀ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਵੀ ਕਾਫੀ ਵੀਰਾਂ ਦੇ ਜਿਹੜੇ ਕਮੈਂਟ ਸੀ ਉਹ ਕਹਿੰਦੇ ਸੀ ਸਾਗ ਵਾਲੀ ਮਸ਼ੀਨ ਤੇ ਵੀ ਜਿਹੜਾ ਮੋਟਰ ਲਾ ਕੇ ਦਿਖਾਓ ਤੇ ਜਿਹੜੀ ਫਿਲਟਰ ਵਾਲੀ ਮੋਟਰ ਹੁੰਦੀ ਹੈ ਇਹਦੇ ਬਹੁਤੇ ਚੱਕਰ ਨਹੀਂ ਹੁੰਦੇਗੇ ਬਹੁਤ ਹੀ ਜ਼ਿਆਦਾ ਇਹਦੀ ਸਪੀਡ ਨਹੀਂ ਹੁੰਦੀ ਬਹੁਤ ਸਲੋ ਚੱਲਦੀ ਹੁੰਦੀ ਆ ਇਹ ਜਿਹੜਾ ਪਹਿਲਾਂ ਇਹਨਾਂ ਨੇ ਸਾਗ ਵਾਲੀ ਮਸ਼ੀਨ ਤੇ ਮੋਟਰ ਲਾ ਕੇ ਦਿਖਾ ਰਹੇ ਆ ਉਸ ਤੋਂ ਬਾਅਦ ਤੁਹਾਨੂੰ ਆਪਾਂ ਸਾਗ ਆ ਜਿਹੜਾ ਕੱਟ ਕੇ ਦਿਖਾਵਾਂਗੇ ਇਹਦੇ ਲਈ ਸਿਰਫ ਤਿੰਨਕ ਚੀਜ਼ਾਂ ਦਾ ਕੋਈ ਲੋਡ ਆ ਆ ਦੇਖੋ ਆ ਹੁੰਦੀ ਆ ਫਿਲਟਰ ਵਾਲੀ ਮੋਟਰ ਆ ਜਿਹੜੇ ਆਪਣੇ ਘਰਾਂ ਦੇ ਵਿੱਚ ਫਿਲਟਰ ਲਾਏ ਹੋਏ ਆ ਰੋ ਇਹ ਮੋਟਰ ਆ ਇਹ ਤੇ ਇਹਦੇ ਵਿੱਚੋਂ ਜਿਹੜਾ ਉਹਨਾਂ ਨੇ ਕੱਢ ਲੈਣਾ ਏ ਮੋਟਰ ਨੂੰ ਖੋਲ ਕੇ ਤੋ ਇਹਦੇ ਤੇ ਜਿਹੜਾ ਨਾਲ ਆ ਇੱਥੇ ਫਿੱਟ ਕਰ ਦੇਣਗੇ ਇੱਥੇ ਜਿਹੜਾ ਇਹਨਾਂ ਨੇ ਸਰਾਖ ਕੱਢ ਕੇ ਦੋ ਨਾਲ ਜਿਹੜੇ ਇਹਨਾਂ ਨੇ ਕਿਲ ਕਾਬਲੇ ਆ ਜਿਹੜੇ ਇਹਨਾਂ ਨੇ ਵੈਲਡਿੰਗ ਕਰ ਲੇ ਆ ਦੇਖੋ ਫਿੱਟ ਤਾਂ ਕਰ ਲਈ ਆ ਮੋਟਰ ਇਹ ਤਾਂ تھوڑا ਡਿਵਰਜੀ ਆ ਵੈਸੇ ਤਾਂ ਮੈਂ ਵੀ ਜਿਹੜਾ ਦਾਤ ਦੇ ਨਾਲ ਤਾਂ ਸਾਖ ਕੱਟ ਲੈਣੀ ਆ ਤੇ ਮੈਨੂੰ ਤਾਂ ਉਹ ਵੀ ਸੌਖਾ ਲੱਗਦਾ ਵਧੀਆ ਲੱਗਦਾ ਕਿਉਂਕਿ ਬਾਅਦ ਵਿੱਚ ਜਿਹੜਾ ਇਹ ਮਸ਼ੀਨਾਂ ਨੂੰ ਧੋ ਕੇ ਸਾਫ਼ ਕਰਕੇ ਰੱਖਣਾ ਹੁੰਦਾ ਉਹ ਥੋੜਾ ਜਿਹਾ ਹੋ ਜਾਂਦਾ ਵੀ ਇਹਨਾਂ ਨੂੰ ਸਾਫ਼ ਕਰੋ ਧੋ ਲੋ ਤੇ ਪਰ ਚਲੋ ਕੋਈ ਗੱਲ ਨਹੀਂ ਘਰ ਦੇ ਵਿੱਚ ਬਣਾਈ ਐ ਇੱਕ ਜੁਗਾਰ ਛੋਟਾ ਜਿਹਾ ਪਿਆਰ ਕੀਤਾ ਬਣਾ ਕੇ ਆਹ ਦੇਖੋ ਜਿਹੜੀ ਮਸ਼ੀਨ ਤੇ ਮੋਟਰ ਲਾਤੀ ਆ ਇੱਕ ਪੂਲੀ ਪਾਤੀ ਆ ਬੈਲਟ ਪਾਤੀ ਆ ਤੇ ਇਸ ਦੇ ਜਿਹੜੇ ਚੱਕਰ ਆ ਬਹੁਤ ਸਲੋ ਆ ਤੇ ਨਾ ਹੀ ਕੋਈ ਸ਼ਾਂਟ ਵਾਲੀ ਦਰਵ ਨਹੀਂ ਹੁੰਦਾਗਾ ਵੀ ਜੇਕਰ ਆਪਾਂ ਕਵਾਂਗੇ ਵੀ ਇਹਦੇ ਨਾਲ ਕੋਈ ڪرੰਟ ਜਾਂ ਸ਼ਾਂਟ ਲੱਗੂਗਾ ਕਿਉਂਕਿ ਇਹਦੇ ਵਿੱਚ ਕੋਈ ਪੂਰਾ ਪਾਵਰ ਨਹੀਂ ਹੁੰਦਾਗਾ ਇਹਦੇ ਨਾਲ ਕੋਈ ڪرੰਟ ਜਾਂ ਸ਼ਾਂਟ ਲੱਗਣ ਦਾ ਕੋਈ ਡਰ ਨਹੀਂ ਹੁੰਦਾ ਲੋ ਜੀ ਮਸ਼ੀਨ ਤੇ ਮੋਟਰ ਉਹਨਾਂ ਨੇ ਲਾਤੀ ਤੇ ਹੁਣ ਆਪਾਂ ਤੁਹਾਨੂੰ ਜਿਹੜਾ ਸਾਗ ਕੱਟ ਕੇ ਦਿਖਾਵਾਂਗੇ ਆ ਦੇਖੋ ਕਿੰਨਾ ਵਧੀਆ ਜਿਹੜਾ ਸਾਗ ਆ ਕਈ ਵਾਰੀ ਪਰਿਵਾਰ ਬਹੁਤ ਵੱਡੇ ਹੁੰਦੇ ਆ ਨਾ ਕਈਆਂ ਦੇ ਜਿਵੇਂ ਬਹੁਤ ਜ਼ਿਆਦਾ ਸਾਗ ਕੱਟਣਾ ਹੁੰਦਾ ਹੈ ਜਿਵੇਂ ਦਾਤ ਦੇ ਨਾਲ ਵੀ ਥੋੜਾ ਕੱਟ ਦੇ ਕੱਟ ਦੇ ਥੱਕ ਜਾਂਦੇ ਆ ਜਾਂ ਸਾਗ ਵਾਲੀਆਂ ਮਸ਼ੀਨਾਂ ਵੀ ਕਰ-ਕਰ ਹੋ ਗਈਆਂ ਉਹਦੇ ਨਾਲ ਵੀ ਕੱਟ ਲੈਂਦੇ ਆ ਪਰ ਇਹ ਉਸ ਤੋਂ ਵੀ ਜਿਹੜਾ ਇੱਕ ਜੁਗਾੜ ਆ ਘਰੇ ਹੀ ਬਣਾ ਕੇ ਤਿਆਰ ਕੀਤਾ ਵਾ ਤੇ ਬਹੁਤ ਹੀ ਸੌਖਾ ਵੀ ਆ ਸਾਗ ਕੱਟਣਾ ਤੇ ਬਹੁਤ ਹੀ ਬਰੀਕ ਕੱਟਿਆ ਜਾਂਦਾ ਦੇਖੋ ਕਿੰਨਾ ਬਰੀਕ ਆ ਜਿਹੜਾ ਇਹਨੇ ਸਾਗ ਕੱਟਿਆ ਜਿਹੜੇ ਇਹਦੇ ਦੋ ਤੁਸੀਂ ਆ ਪਲੱਗ ਦੇਖ ਰਹੇ ਆ ਜੇ ਸਾਗ ਦਾ ਜਿਹੜਾ ਰੁਗ ਰੁੱਕ ਜਾਵੇ ਤਾਂ ਫਿਰ ਜਿਹੜੇ ਇਹਦੇ ਪੁੱਠੇ ਚੱਕਰ ਕਰਕੇ ਸਾਗ ਨੂੰ ਜਿਹੜਾ ਆਪਾਂ ਬੈਕ ਵੀ ਕਰ ਸਕਦੇ ਆ ਪਲੱਗ ਜਿਹੜਾ ਬਦਲ ਦੇਣਾ ਹੁੰਦਾ ਤੇ ਉਹਦੇ ਨਾਲ ਉਹ ਜਿਹੜਾ ਆਪਾਂ ਰੁਗ ਪਿੱਛੇ ਕਰ ਸਕਦੇ ਆ ਪਿੱਛੇ ਨੂੰ ਜਦੋਂ ਰੁਗ ਖਿੱਚੇ ਨਾ ਸਾਗ ਦਾ ਤਾਂ ਫਿਰ ਇਹਦੇ ਜਿਹੜੇ ਪਲੱਗ ਆ ਇਹ ਜੋ ਦੋਨੋਂ ਸ਼ੂ ਆ ਜਿਹੜੇ ਇਹਨਾਂ ਨੂੰ ਆਪਾਂ ਬਦਲ ਕੇ ਇਹਨਾਂ ਦੀ ਸਾਈਡ ਬਦਲ ਕੇ ਲਾ ਦੋ ਤਾਂ ਉਹ ਬੈਕ ਸਾਈਡ ਜਿਹੜਾ ਸਾਗ ਵਾਪਸ ਆ ਜਾਂਦਾ ਆ ਦੇਖੋ ਸਾਗ ਕਿੰਨਾ ਵਧੀਆ ਕੱਟ ਰਹੀ ਆ ਕੋਈ ਜ਼ਿਆਦਾ ਇਹਦਾ ਕੋਈ ਖਲਾਰਾ ਜਾ ਵੀ ਨਹੀਂ ਹੈਗਾ ਤੇ ਬਹੁਤ ਸਲੋ ਆ ਫਟਾਫਟ ਆ ਜਿਹੜਾ ਇਹ 5 ਮਿੰਟ ਵਿੱਚ ਹੀ ਜਿਹੜਾ ਮੈਂ ਸਾਗ ਕੱਟ ਲਿਆ ਚੱਲੀ ਜਾਂਦੀ ਆ ਹਾਂ ਹਾਂ ਥੱਲੇ ਬੈ ਬਰਾਬਰ ਬਰਾਬਰ ਆਏ ਲੈ ਬਸ ਜਿਹੜਾ ਇਹਦਾ ਰੋਗਾ ਜ਼ਿਆਦਾ ਭਾਰਾ ਨਹੀਂ ਲਾਉਣਾਗਾ ਨਹੀਂ ਤਾਂ ਫਿਰ ਉਹ ਰੋਗ ਖੜ ਜਾਂਦਾ ਆ ਦੇਖੋ ਸਰਦਾਰ ਜੀ ਆਪ ਵੀ ਲਾ ਰਹੇ ਆ ਵਿੱਚ ਜੇ ਤੁਸੀਂ ਇਹ ਵੀਡੀਓ ਪੂਰੀ ਦੇਖਣਾ ਚਾਹੁੰਦੇ ਆ ਤਾਂ ਤੁਹਾਨੂੰ ਇਸ ਵੀਡੀਓ ਦਾ ਜਿਹੜਾ ਲਿੰਕ ਦੇਵਾਂਗੇ ਅਸੀਂ ਵੀਡੀਓ ਦੇ ਹੇਠਾਂ ਤੇ ਉਹਨਾਂ ਦੇ ਚੈਨਲ ਤੇ ਜਾ ਕੇ ਤੁਸੀਂ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਦੇਖ ਸਕਦੇ ਆ ਸਮਝ ਸਕਦੇ ਆ ਤੇ ਜੇ ਤੁਸੀਂ ਮਸ਼ੀਨਾਂ ਤੇ ਮੋਟਰ ਲਵਾਉਣਾ ਚਾਹੁੰਦੇ ਆ ਤਾਂ ਲਵਾ ਸਕਦੇ ਆ ਇਹਦੇ ਨਾਲ ਕੀ ਬਹੁਤ ਹੀ ਪੈਣਾ ਨੂੰ ਫਾਇਦਾ ਹੋ ਜਾਂਦਾ ਫਟਾਫਟ ਜਿਹੜਾ ਸਾਗ ਕੱਟ ਕੇ ਤਿਆਰ ਕਰ ਲੈਂਦੀ ਆ ਤੇ ਕਾਫੀ ਸਾਰੇ ਵੀਰਾਂ ਨੇ ਤਾਂ ਜਿਹੜੇ ਕਮੈਂਟ ਆਏ ਸੀ ਉਹਨਾਂ ਨੇ ਤਾਂ ਇਸ ਚੀਜ਼ ਦਾ ਤਰਾਜ ਕੀਤਾ ਵੀ ਕਿਉਂ ਬੁੜੀਆਂ ਦੇ ਕੰਮਾਂ ਦੇ ਵਿੱਚ ਇਸ ਤਰ੍ਹਾਂ ਵੀ ਉਹ ਇੱਕ ਸਾਗ ਵੀ ਨਹੀਂ ਕੱਟ ਸਕਦੀਆਂ ਜੇ ਭੋਰਾ ਜ਼ੋਰ ਦਾ ਕੰਮ ਕਰ ਲੈਣਗੀਆਂ ਤਾਂ ਲੋ ਜੀ ਸਾਗ ਤਾਂ ਆਪਾਂ ਕੱਟ ਲਿਆ ਹੁਣ ਆਪਾਂ ਇਹਨੂੰ ਧੋਂਦੇ ਆਂ ਇਹਨਾਂ ਪਾਤੋ ਕੇ ਸਾਫ਼ ਕਰਕੇ ਜਿਹੜਾ ਰੱਖ ਦੇਾਂਗੇ ਤੇ ਸਰਦਾਰ ਜੀ ਨੇ ਦੱਸਿਆ ਸੀਗਾ ਵੀ ਇਹਦੇ ਨਾਲ ਪਾਣੀ ਨਾਲ ਕੋਈ ਮਤਲਬ ਨਹੀਂਗਾ ਵੀ ਜਿਵੇਂ ਆ ਮੋਟਰ ਆ ਮੋਟਰ ਤੇ ਜੇ ਕੋਈ ਪਾਣੀ ਪੈ ਜੂ ਨਾ ਤਾਂ ਕੋਈ ਛਾਂਟ ਦਾ ਡਾਰੀ ਤੇ ਨਾ ਹੀ ਇਹ ਮੋਟਰ ਸੜਨ ਦਾ ਡਾਰਾ ਇਹ ਮੋਟਰਾਂ ਜਿਹੜੀਆਂ ਸੜਦਗਾਂ ਨਹੀਂ ਹੁੰਦਗਾਂ ਜਿਹੜੀਆਂ ਫਿਲਟਰ ਦੀਆਂ ਆ ਰੋਦੀਆਂ ਮੋਟਰਾਂ ਹੁੰਦਗਾਂ ਇਹ ਸੜਦਗਾਂ ਨਹੀਂ ਹੁੰਦੀਆਂ ਤੇ ਨਾ ਹੀ ਇਹ ਛਾਂਟ ਵਾਲੀ ਕੋਈ ਕੋਈ ਇਹੋ ਜਿਹੀ ਡਾਰ ਵਾਲੀ ਗੱਲ ਹੁੰਦੀ ਆ ਕੋਈ ਡਾਰ ਵਾਲੀ ਗੱਲ ਨਹੀਂ ਹੁੰਦੀ ਛਾਂਟ ਵਾਲੀ ਤੇ ਨੂੰ ਹੁਣ ਤਾਂ ਹੀ ਤੁਹਾਨੂੰ ਜਿਹੜਾ ਸੀ ਧੋਕੇ ਵੀ ਦਿਖਾ ਰਹੇ ਆ ਸਾਫ਼ ਕਰਕੇ ਲਓ ਜੀ ਅੱਜ ਦੀ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਤੁਸੀਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੋ ਜੇਕਰ ਤੁਸੀਂ ਵੀ ਲਵਾਉਣਾ ਚਾਹੁੰਦੇ ਆ ਤਾਂ ਜਰੂਰ ਇਹ ਜਿਹੜਾ ਜਰੂਰ ਆਪਣੇ ਮਸ਼ੀਨਾਂ ਤੇ ਮੋਟਰਾਂ ਲਵਾਓ ਤੇ ਵਧੀਆ ਰਹੋਗੇ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ੍ਰੀ ਅਕਾਲ ਓਕੇ ਬਾਏ ਬਾਏ